ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ। ਉਮੀਦ ਕਰਦੇ ਸਾਰੇ ਵਧੀਆ ਹੋਵੋਗੇ, ਚੜ੍ਹਦੀ ਕਲਾ ਵਿੱਚ ਹੋਵੋਗੇ ਜੀ। ਅਸੀਂ ਵੀ ਤੁਹਾਡੀ ਕਿਰਪਾ ਨਾਲ, ਤੁਹਾਡੀਆਂ ਅਸੀਸਾਂ ਨਾਲ ਚੜ੍ਹਦੀ ਕਲਾ ਵਿੱਚ ਹੈਗੇ ਹਾਂ ਅਤੇ ਬਹੁਤ ਟਾਈਮ ਬਾਅਦ, ਲੌਂਗ ਟਾਈਮ ਬਾਅਦ ਤੁਹਾਡੇ ਦਰਸ਼ਨ ਕਰ ਰਹੇ ਹਾਂ ਅਤੇ ਤੁਸੀਂ ਸਾਡੇ ਦਰਸ਼ਨ ਕਰ ਰਹੇ ਹੋ। ਯੂਟਿਊਬ ਰਾਹੀਂ, ਇਸ ਬਲੌਗ ਰਾਹੀਂ ਅਸੀਂ ਗੱਲਬਾਤ ਕਰ ਰਹੇ ਹਾਂ। ਕਿਵੇਂ ਹੋ ਜੀ ਸਾਰੇ? ਸਿਹਤ ਠੀਕ ਹੈ ਤੁਹਾਡੀ ਸਾਰਿਆਂ ਦੀ? ਚੜ੍ਹਦੀ ਅਸੀਂ ਨਿਕਲ ਚੁੱਕੇ ਹਾਂ ਜੀ ਦੇਹਰਾਦੂਨ। ਅੱਜ ਰਾਤ ਦਾ ਦੀਵਾਨ ਦੇਹਰਾਦੂਨ, ਸਵੇਰੇ ਦਿੱਲੀ ਦੀਵਾਨ ਸੀਗਾ ਅਤੇ ਵਲੌਗ ਬਹੁਤ ਟਾਈਮ ਤੋਂ ਨਹੀਂ ਬਣਾਇਆ ਸੀ। ਪਿੱਛੇ ਦੇਖ ਰਹੇ ਹੋ ਹਰਜੋਤ ਬੈਠਾ ਹੈ, ਇਹ ਸ਼ਿਵ ਜੀ ਬੈਠੇ ਨੇ ਸਾਡੇ ਪਿਆਰ ਵਾਲੇ। ਅਤੇ ਅਸੀਂ ਹੁਣ ਕਰੀਬਨ ਪਹੁੰਚ ਗਏ ਹਾਂ, ਕਿੱਥੇ ਐ ਨਹੀਂ ਪਤਾ। ਪਰ ਡੋਮੀਨੋਜ਼ ਦਿਖ ਰਿਹਾ ਸੀ, ਸਟਾਰਬਕਸ ਦਿਖ ਰਿਹਾ ਸੀ, ਸੋਚਿਆ ਕਿ ਬਈ ਸ਼ਿਵ ਜੀ ਨੂੰ ਕਹਿਤਾ ਸੀ ਕਿ ਗੱਡੀ ਇੱਥੇ ਲਾ ਦਿਓ, ਪੰਜਾਬੀ ਸਮਝਦੇ ਨੇ ਪੂਰੀ, ਸਾਡੇ ਹੈਵੀ ਡਰਾਈਵਰ ਅਤੇ ਪੱਕੇ ਡਰਾਈਵਰ। ਅਤੇ ਪਹਿਲਾਂ ਕੁਛ ਪੇਟ ਪੂਜਾ ਕਰੀਏ, ਕੁਛ ਜ਼ਿਆਦਾ ਵੀ ਨਹੀਂ ਛਕਿਆ ਹੋਇਆ। ਤੁਹਾਨੂੰ ਨਾਲ ਦੇ ਨਾਲ ਮਿਲਦੇ ਹਾਂ, ਵਲੌਗ ਦੇ ਵਿੱਚ ਬਣੇ ਰਹਿਣਾ। ਬਹੁਤ ਵਲੌਗ ਪੈਂਡਿੰਗ ਨੇ, ਪਰ ਸੋਚਿਆ ਕਿ ਮੈਂ ਅੱਜ ਦਾ ਜਿਹੜਾ ਵਲੌਗ ਹੈ ਉਹ ਬਣਾਵਾਂ। ਮੈਂ ਸੋਚਦਾ ਕਿ ਵੀ ਵਲੌਗ ਬਣਾਉਣਾ, ਫਿਰ ਸੋਚਦਾ ਕਿ ਪਹਿਲੇ ਵਾਲੇ ਵਲੌਗ ਐਡਿਟ ਕਰਕੇ ਪਾ ਦਈਏ। ਜਿਹੜਾ ਪ੍ਰੈਜੈਂਟ ਦੀ ਸਿਚੁਏਸ਼ਨ ਹੁੰਦੀ ਹੈ, ਪ੍ਰੈਜੈਂਟ ਦਾ ਵਲੌਗ ਰਹਿੰਦਾ ਉਹ ਫਿਰ ਰਹਿ ਜਾਂਦਾ। ਸੋ ਕਿਆ ਬਾਤ ਹੈ, ਮੌਸਮ ਬਹੁਤ ਵਧੀਆ ਹੋ ਗਿਆ ਅਤੇ ਅਸੀਂ ਪਹੁੰਚ ਜਾਵਾਂਗੇ ਹੋਰ 4-5 ਘੰਟੇ ਤੱਕ। ਅਤੇ ਸਵੇਰੇ ਇੱਕ ਭੋਗ ਦਾ ਪ੍ਰੋਗਰਾਮ ਕੀਤਾ ਸੀਗਾ 12-1 ਦਾ। ਸੋ ਮੌਸਮ ਬਹੁਤ ਵਧੀਆ ਹੋ ਗਿਆ ਦਿੱਲੀ ਦਾ, ਬਹੁਤ ਜ਼ਿਆਦਾ ਐਕਸਟ੍ਰੀਮ ਠੰਡ ਵੀ ਨਹੀਂ, ਬਹੁਤ ਗਰਮੀ ਵੀ ਨਹੀਂ, ਬਹੁਤ ਅੱਛਾ ਡੀਸੈਂਟ ਜਿਹਾ ਮੌਸਮ ਹੋ ਗਿਆ। ਇਹ ਹਰਜੋਤ ਕਹਿ ਰਹੇ ਆ ਇਹ ਸੁੱਤਾ ਉੱਠਿਆ ਹੁਣੇ, ਅਸੀਂ ਪੱਗ ਹੀ ਲੱਗੀ ਆ ਪੂਰੀ ਨਾ। ਸੋ ਜੀ ਤੁਹਾਡੇ ਕਮੈਂਟਸ ਜਿਹੜੇ ਨੇ ਨਾ ਮੈਂ ਸਾਰੇ ਪੜ੍ਹਦਾ। ਅਤੇ ਇਸ ਚੈਨਲ 'ਤੇ, ਇਸ ਵਲੌਗ ਦੇ ਵਿੱਚ ਨਵੇਂ ਹੋ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਅਤੇ ਬੈਲ ਆਈਕਨ 'ਤੇ ਕਲਿੱਕ ਕਰ ਦੇਣਾ ਕਿ ਜਦ ਅਸੀਂ ਅਪਡੇਟ ਪਈਏ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ। ਅਤੇ ਨਾਲ ਇੰਸਟਾਗ੍ਰਾਮ 'ਤੇ ਸਾਨੂੰ ਫੋਲੋ ਕਰ ਲੈਣਾ ਜੀ, ਥੱਲੇ ID ਲਿਖੀ ਆ ਰਹੀ ਹੋਏਗੀ, ਤੁਹਾਨੂੰ ਉੱਥੇ ਵੀ ਅਸੀਂ ਲਾਈਵ ਹੁੰਦੇ ਹਾਂ, ਰੂਬਰੂ ਹੁੰਦੇ ਹਾਂ ਤੁਹਾਡੇ ਨਾਲ। ਸੋ ਬਣੇ ਰਹਿਣਾ ਵਲੌਗ ਦੇ ਵਿੱਚ, ਮਿਲਦੇ ਹਾਂ ਅੱਗੇ ਤੁਹਾਨੂੰ ਨਾਲ ਦੇ ਨਾਲ। ਸਾਡੀ ਕੌਫੀ ਆ ਗਈ ਹੈ ਜੀ। ਇਹ ਚਾਹ ਵਾਲੇ ਬੰਦੇ ਨੇ, ਇਹ ਕਹਿੰਦੇ ਮੈਂ ਅਸੀਂ ਪਾਣੀ ਨਾਲ ਹੀ ਸਾਰ ਲਾਂਗੇ। ਅੱਛਾ ਥੰਬਸ ਅਪ, ਕਿਆ ਬਾਤ ਹੈ। ਇਹ ਜੀ ਇਹ ਜਗ੍ਹਾ ਦਾ ਨਾਮ ਤਾਂ ਨਹੀਂ ਪਤਾ, ਜਗ੍ਹਾ ਦਾ ਨਾਮ ਕੀ ਹੈ ਭਾਜੀ? ਹੈ ਯਿਸ਼ੂ ਦੀ ਆਈਸਕ੍ਰੀਮ ਰਹਿ ਗਈ ਇਸ਼ਮੀਤ, ਆਈਸਕ੍ਰੀਮ ਰਹਿ ਗਈ ਅੱਜ। ਹਾਂ ਪੈਪਸੀ ਨਾਲ ਹੀ ਯਾਰ, ਹੈਂ ਹੁਣ ਕੋਲਡ ਡਰਿੰਕ ਲੈ ਲਈ ਯਾਰ। ਓਏ ਹੋ ਨਾ ਨਾ ਦਿਖਾਓ, ਨਹੀਂ ਯਾਰ ਨਾ ਦਿਖਾਓ। ਕੈਸਾ ਆਈਸਕ੍ਰੀਮ ਦਾ ਵੇੜਾ ਗਰ ਕੀਤਾ ਚਲੋ। ਕੌਫੀ ਠੰਡੀ ਕਰਤੀ ਹੈ, ਪ੍ਰਸ਼ਾਦਾ ਪਾਣੀ ਹੋ ਗਿਆ ਜੀ, ਹੁਣ ਬਸ ਚਲੋ ਦੇਹਰਾਦੂਨ ਨੂੰ। ਲੇਟ ਹੋ ਜਾਵਾਂਗੇ, ਸਿੱਧਾ ਜਾ ਕੇ ਬਹਿਣਾ ਨਾਨਕ ਸਿਰ ਗੁਰਦੁਆਰਾ ਸਾਹਿਬ ਅਤੇ ਉੱਥੇ ਮਹਾਂਪੁਰਸ਼ਾਂ ਦੀਆਂ ਅਸੀਸਾਂ ਲੈਂਦੇ ਹਾਂ ਅਤੇ ਨਾਲ ਆਪ ਗੁਰੂ ਰੂਪ ਸੰਗਤਾਂ ਦੇ ਦਰਸ਼ਨ ਕਰਦੇ ਹਾਂ ਜੀ। ਜਾ ਕੇ ਮਿਲਦੇ ਹਾਂ ਤੁਹਾਡੇ ਨਾਲ, ਪਿਆਰ ਭਰੀਆਂ ਗੱਲਾਂ ਜੋ ਕਿ ਕਰਨੀਆਂ ਨੇ।
ਗਿਆ ਜੀ 6:54 ਤਕਰੀਬਨ 7 ਵੱਜ ਗਏ ਅਤੇ ਗੱਡੀ ਤੇ ਸ਼ੂਟਿੰਗ ਸ਼ੂਟ ਚੱਲ ਰਹੀ ਹੈ ਸਾਡੇ ਸ਼ਿਵ ਜੀ ਚਲਾ ਰਹੇ ਨੇ ਇਹਨਾਂ ਦਾ ਨਾਮ ਸ਼ਿਵ ਜੀ ਹੈ ਅਸੀਂ ਸ਼ਿਵ ਜੀ ਕਹਿੰਦੇ ਹਾਂ ਅਸੀਂ ਹਾਂਜੀ ਹਾਂਜੀ ਇਹਨਾਂ ਨੂੰ ਅਸੀਂ ਅੱਜ ਫਤਿਹ ਬੁਲਾਉਣੀ ਸਿਖਾ ਰਹੇ ਸੀ ਮੈਨੂੰ ਜਦ ਵੀ ਫੋਨ ਕਰਦੇ ਨੇ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਖਤਮ ਹੋ ਜਾਂਦਾ ਵਾਹਿਗੁਰੂ ਜੀ ਕੀ ਜੈ ਮੈਂ ਤੋਂ ਬਤਾਓ ਆਪ ਕਿਆ ਸਿਖਾਇਆ ਮੈਨੂੰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਪਹਿਲੇ ਕਾ ਹੈ ਫਿਰ ਕੀ ਹੈ ਵਾਹਿਗੁਰੂ ਜੀ ਕਾ ਖਾਲਸਾ ਬੋਲੋ ਵਾਹਿਗੁਰੂ ਜੀ ਕੀ ਖਾਲਸਾ ਨਹੀਂ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਹੀ ਅਕਾਲ ਇਹ ਰਸਤੇ ਦੇਹਰਾਦੂਨ ਦੇ ਕਿੰਨੇ ਟਾਈਮ ਬਾਅਦ ਆ ਰਹੇ ਭਾਜੀ 8:30 ਵਜੇ ਦਾ ਪ੍ਰੋਗਰਾਮ ਹੈ ਜੀ ਉਹਨੇ ਜਾਣਾ ਸਭ ਤੋਂ ਪਹਿਲਾਂ ਮਾਨੇਵਰ ਕੁੜਤੇ ਪਜਾਮੇ ਚੱਕਣੇ ਨੇ ਜੇ ਤਾਂ ਕਿੱਥੇ ਮਿਲ ਜਾਵੇ ਕੁੜਤੇ ਪਜਾਮੇ ਅਸੀਂ ਉੱਥੋਂ ਲਈਦੇ ਨੇ ਕਈ ਵਾਰ ਹਰ ਵਾਰੀ ਤਾਂ ਨਹੀਂ ਕਈ ਵਾਰ ਸਿਲਵਾਈਦੇ ਨੇ ਅਤੇ ਜਿਵੇਂ ਜਿਵੇਂ ਟਾਈਮ ਮਿਲਦਾ ਫਿਰ ਉੱਥੋਂ ਲੈ ਲੈਂਦੇ ਹਾਂ ਹੁਣ ਦੇਖੋ ਟਾਈਮ ਤਾਂ ਸਾਡੇ ਕੋਲ ਹੈਗਾ ਟਾਈਮ ਹੋ ਗਿਆ 7:00 8:30 ਵਜੇ ਦੀ ਸਿਟਿੰਗ ਹੈ ਤਕਰੀਬਨ 7:30 ਤੱਕ ਪਹੁੰਚ ਜਾਂਦੇ ਅੱਧੇ ਘੰਟੇ ਦਾ ਰਸਤਾ ਅੱਜ ਰਾਤ ਦਾ ਦੀਵਾਨ ਕਰਕੇ ਸ਼ਾਇਦ ਅਸੀਂ ਨਿਕਲ ਜਾਵਾਂਗੇ ਜਲੰਧਰ ਨੂੰ ਅਤੇ ਵੀਰਵਾ ਦੇਖਦੇ ਹਾਂ ਕੀ ਬਣਾਉਣਾ ਹੈ ਕੁਛ ਪਤਾ ਨਹੀਂ ਰਾਤ ਦੀ ਡਰਾਈਵ ਕਰੀਏ ਨਾ ਕਰੀਏ ਜਾਂ ਰੁਕ ਵੀ ਸਕਦੇ ਹਾਂ ਕੱਲ੍ਹ ਸਵੇਰੇ ਨਿਕਲੇ ਕਿਉਂਕਿ ਕੱਲ੍ਹ ਸ਼ਾਮ ਦਾ ਜਲੰਧਰ ਹੈ ਜੀ ਕੱਲ੍ਹ 5 ਫਰਵਰੀ ਅੱਜ ਹੋ ਰਹੀ ਹੈ 4 ਫਰਵਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਵੇਰ ਦਾ ਠੰਡਾ ਠੰਡਾ ਮੌਸਮ ਅਤੇ ਅਸੀਂ ਤਿਆਰ ਹੋ ਗਏ ਹਾਂ ਜੀ ਜਲੰਧਰ ਨਿਕਲਣ ਵਾਸਤੇ ਅਤੇ ਤਕਰੀਬਨ 9:15 ਹੋ ਰਹੇ ਨੇ ਅਤੇ ਨਵੇਂ ਦਿਨ ਦੀ ਨਵੀਂ ਸ਼ੁਰੂਆਤ ਅੱਜ ਹੁਣੇ ਨਿਕਲਾਂਗੇ ਜਲੰਧਰ ਲਈ ਸ਼ਾਮ ਦਾ ਦੀਵਾਨ ਜਲੰਧਰ ਅਤੇ ਕੰਟੀਨਿਊ ਤੁਸੀਂ ਦੇਖ ਰਹੇ ਹੋ ਸਾਡੇ ਇਸ ਵਲੋਗ ਨੂੰ ਬਹੁਤ ਟਾਈਮ ਬਾਅਦ ਵਲੋਗ ਬਣ ਰਹੇ ਸੀਗੇ ਸੋ ਬਣੇ ਰਹਿਣਾ ਵਲੋਗ ਦੇ ਵਿੱਚ ਉਮੀਦ ਕਰਾਂਗੇ ਤੁਹਾਨੂੰ ਸਾਰੀ ਸੀਰੀਜ਼ ਜਿਹੜੀ ਹੈ ਇਹ ਪਸੰਦ ਆਏਗੀ ਅਤੇ ਹੁਣੇ ਦੇਹਰਾਦੂਨ ਪ੍ਰਸ਼ਾਦਾ ਸ਼ੱਕ ਲਿਆ ਰੋਹਿਤ ਜੀ ਦੇ ਘਰ ਹੈਗੇ ਹਾਂ ਸਾਡੇ ਬੜੇ ਪਿਆਰ ਵਾਲੇ ਸਾਡੇ ਖਾ ਕਿਉਂਕਿ ਉਹਨਾਂ ਦੀ ਜਿਹੜੀ ਬਾਲਕਨੀ ਹੈ ਨਾ ਇੱਥੇ ਸਾਨੂੰ ਆਰਾਮ ਨਾਲ ਸਵੇਰੇ ਸੈਰ ਕਰਨ ਦਾ ਅਤੇ ਚਾਹ ਪੀਣ ਦਾ ਮੌਕਾ ਮਿਲ ਜਾਂਦਾ ਇਹ ਜੀ ਸਾਡਾ ਰੂਮ ਹੈ ਮੈਂ ਬੋਲਿਆ ਸੀ ਬਿਸਤਰਾ ਠੀਕ ਕਰਦੇ ਇਸ਼ਮੀਤ ਨੂੰ ਕਿੱਦਾਂ ਨਹੀਂ ਮੈਨੂੰ ਹੀ ਕਰਨਾ ਪੈਣਾ ਇਹ ਦਾਸ ਦਾ ਕਮਰਾ ਅਤੇ ਇਹ ਬੈਠੇ ਸਾਰੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿਉਂ ਕਿੱਥੇ ਹੋਏ ਹੋਏ ਅੱਛਾ ਕਿਆ ਬਾਤ ਹੈ ਮਹਾਰਾਜ ਤੁਸੀਂ ਤਾਂ ਫੱਟੇ ਚੱਕੇ ਹੋਏ ਨੇ ਮਹਾਰਾਜ ਐਸੇ ਕਮਲੋ ਕਮਲੀ ਹੋਏ ਪਏ ਹਾਂਜੀ ਈਸ਼ੂ ਜੀ ਕੀ ਕਹਿਣਾ ਚਾਹੁੰਦੇ ਹੋ ਇਹਨਾਂ ਦੀ ਠੰਡ ਲਈ ਕੀ ਕਹਿਣਾ ਚਾਹੁੰਦੇ ਹੋ ਕੁਛ ਵੀ ਨਹੀਂ ਕਹਿਣਾ ਚਾਹੁੰਦੇ ਨਵੇਂ ਸਟਾਈਲ ਦੀ ਪੱਗ ਮੰਨਦੀ ਨਵੇਂ ਸਟਾਈਲ ਨੇ 50 ਗਾਇਬ ਕੀਤੀ ਹੈ ਬਾਕੀ ਤਾਂ ਸਭ ਠੀਕ ਹੈ ਦੇਹਰਾਦੂਨ ਦਾ ਮੌਸਮ ਬਹੁਤ ਵਧੀਆ ਤੁਸੀਂ ਦੇਖ ਰਹੇ ਹੋ ਸਿੱਧੀ ਧੁੱਪ ਇੱਥੇ ਆ ਰਹੀ ਧੁੱਪ ਲੈਣ ਵਾਸਤੇ ਅਸੀਂ ਸਵੇਰੇ ਸਵੇਰੇ ਉੱਠ ਗਏ ਹੋ ਗਏ ਸਮਾਂ ਨੂੰ ਨਹੀਂ 9:30 ਆਉਣ ਵਾਲੇ ਨੇ 9:30 ਹੋ ਗਏ ਨੇ ਅਤੇ ਹੁਣ ਨਿਕਲ ਜਾਵਾਂਗੇ ਜੀ ਜਲੰਧਰ ਲਈ ਸਵੇਰ ਸਵੇਰ ਦਾ ਮੌਸਮ ਬਹੁਤ ਵਧੀਆ ਦੇਹਰਾਦੂਨ ਦਾ ਮੌਸਮ ਅੱਛਾ ਹੈ ਪਰਸੋਂ ਤਰਸੋਂ ਇੱਥੇ ਬਰਫ਼ ਪਈ ਹੈ ਜੋ ਕਿ ਸੁਣਨ ਵਿੱਚ ਆਇਆ ਬਹੁਤ ਜ਼ਿਆਦਾ ਠੰਡ ਵੀ ਨਹੀਂ ਬਹੁਤ ਜ਼ਿਆਦਾ ਗਰਮੀ ਵੀ ਨਹੀਂ ਕਿਉਂਕਿ 12 ਮਹੀਨੇ ਵੈਸੇ ਰਹਿੰਦਾ ਠੰਡ ਤਾਂ ਹੈਗੀ ਹੈ ਪਰ ਕਹਿ ਲਓ ਕਿ ਉਹਨੇ ਐਕਸਟ੍ਰੀਮ ਠੰਡ ਨਹੀਂ ਜੋ ਪਹਾੜਾਂ 'ਚ ਠੰਡ ਕਹਿੰਦੇ ਕਿ 30 ਕਿਲੋਮੀਟਰ ਤੱਕ ਪਹਾੜ ਹੁੰਦੇ ਨੇ ਉਸ ਤੋਂ ਬਾਅਦ ਨੋਰਮਲ ਦੇਹਰਾਦੂਨ
ਵੱਡਾ ਸ਼ਹਿਰ ਹੈ ਇਸ ਕਰਕੇ ਠੰਡ ਲੱਗਦੀ ਨਹੀਂ। ਇਸ ਤੋਂ ਅੱਗੇ ਫਿਰ ਮਸੂਰੀ ਨਿਕਲ ਜਾਂਦਾ ਰਸਤਾ, ਠੰਡੀ ਚਾਹ ਪੀ ਰਹੇ ਹੁਣ ਤਾਂ ਪੀ ਲਈ। ਬਸ ਅਰਦਾਸ ਕਰਕੇ ਹੁਣ ਨਿਕਲਦੇ ਹਾਂ, ਮਹਾਰਾਜ ਦਾ ਨਾਮ ਲੈਂਦੇ ਹਾਂ। ਮੈਂ ਜ਼ਿਕਰ ਕਰ ਰਿਹਾ ਸੀ ਕਿ ਵੀ ਕਹਿ ਲਓ ਕਿ ਦੇਹਰਾਦੂਨ ਦੀ ਜਿਹੜੀ ਸ਼ਾਨ ਹੁੰਦੀ ਹੈ ਉਹ ਐ ਨੇ ਰੋਹਿਤ ਜੀ ਸਾਡੇ ਬੜੇ ਪਿਆਰ ਵਾਲੇ, ਸਾਡੇ ਨਹੀਂ ਮੈਂ ਕਹਿੰਦਾ ਸਾਰਿਆਂ ਦੇ ਪਿਆਰ ਵਾਲੇ ਨੇ। ਉਹਨਾਂ ਵਲੌਗ ਨਹੀਂ ਬਣਾਏ ਸੀ। ਹੁਣ ਜਲਦੀ ਤੁਹਾਨੂੰ ਵਲੌਗ 'ਚ ਲੈ ਕੇ ਆ ਜਾਵਾਂਗੇ। ਬੜੀ ਮਹਾਰਾਜ ਦੀ ਕਿਰਪਾ ਹੈ, ਆਏ ਦਿਨ ਇੱਥੇ ਸਮਾਗਮ ਹੁੰਦੇ ਨੇ। ਸਾਰੀ ਇਹ ਵੀਰ ਕਹਿ ਲਓ ਕਿ ਉਦਮ ਕਰਕੇ ਜਿਹੜੀ ਸੇਵਾਵਾਂ ਨਿਭਾਉਂਦੇ ਨੇ, ਕੱਲ੍ਹ ਰਾਤ ਦਾ ਵੀ ਦੀਵਾਨ ਕੀਤਾ ਅਤੇ ਬੜੀ ਮਹਾਰਾਜ ਦੀ ਕਿਰਪਾ। ਪਰਿਵਾਰ ਦੇ ਕੋਲ ਹਮੇਸ਼ਾ ਜਦ ਵੀ ਰਹੀਦਾ ਅਤੇ ਇਹਨਾਂ ਕੋਲ ਹੀ ਰਹੀਦਾ, ਹੋਰ ਕਿੱਥੇ ਜਾਈਦਾ ਨਹੀਂ। ਸਾਰੇ ਕੀਰਤਨੀਆਂ ਵੀ ਪਿਆਰ ਕਰਦੇ ਨੇ ਉਹਨਾਂ ਨੂੰ, ਅਤੇ ਆਪ ਕੀਰਤਨੀਆਂ ਦੀ ਕਹਿ ਲਓ ਕਿ ਰਿਸਪੈਕਟ ਹੁੰਦੀ ਹੈ ਜਿਹੜੀ, ਉਹ ਕਰਦੇ ਨੇ। ਬੜੀ ਮਹਾਰਾਜ ਦੀ ਕਿਰਪਾ, ਸਾਰੇ ਪਰਿਵਾਰ 'ਤੇ ਬੜੀ ਕਿਰਪਾ ਅਤੇ ਗੁਰੂ ਇਸੇ ਤਰ੍ਹਾਂ ਕਿਰਪਾ ਬਣਾਈ ਰੱਖੇ ਜੀ। ਸਵੇਰ ਦਾ ਨਾਸ਼ਤਾ ਪਾਣੀ ਕਰ ਲਿਆ, ਹੁਣ ਜਲੰਧਰ ਨੂੰ ਨਿਕਲ ਰਹੇ ਹਾਂ ਅਤੇ ਪਰਿਵਾਰ ਨੇ ਅਸੀਸ ਦਿੱਤੀ ਹੈ, ਸ਼ੁਕਰਾਨਾ ਜੀ ਇਹਨਾਂ ਦਾ। ਫਿਰ ਜਲਦੀ ਮੌਕਾ ਮਿਲਿਆ ਤਾਂ ਇਹਨਾਂ ਦੇ ਮੌਕਾ ਕੀ ਮੌਕਾ ਤਾਂ ਦਿੰਦੇ ਰਹਿੰਦੇ ਨੇ, ਅਤੇ ਜਲਦੀ ਦਰਸ਼ਨ ਇਹਨਾਂ ਦੇ ਕਰਾਂਗੇ ਜੀ। ਸ਼ੁਕਰਾਨਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ਼ੂ ਇੱਕ ਚਿਪਸ ਲੈ ਲੈ ਯਾਰ ਕੋਈ ਵਧੀਆ ਜਿਹਾ। ਜੇਲ ਰੋਡ, ਉਹ ਜੇਲ ਰੋਡ ਕਹਿ ਰਿਹਾ ਆਪਣਾ, ਜੀ ਟੀ ਰੋਡ ਕਰਨਾਲ ਰੋਡ 'ਤੇ ਚੜ੍ਹ ਗਏ ਸੀਗੇ ਅਤੇ ਆ ਜਾਓ ਕਰਨਾਲ ਰੋਡ 'ਤੇ ਚੜ੍ਹ ਗਏ ਸੀ, ਅੰਬਾਲਾ ਟੱਚ ਹੋਏ ਹਾਂ ਅਤੇ ਹੁਣ ਤਕਰੀਬਨ 1:48 ਹੋਏ ਨੇ ਅਤੇ ਅਸੀਂ ਪਹੁੰਚ ਜਾਵਾਂਗੇ 4:30-5 ਵਜੇ ਅਤੇ ਇੱਥੇ ਰੁਕੇ ਹਾਂ। ਚਾਹ ਦਾ ਔਡਰ ਦਿੱਤਾ, ਇਹ ਚਿਪਸ ਲੈਣ ਤੋਂ ਹਟਦਾ ਨਹੀਂ ਪੈਂਦਾ ਸਾਡਾ, ਇਹ ਚਿਪਸ ਨਾਲ ਹੀ ਇਹਦੀ ਜ਼ਿੰਦਗੀ ਲੱਗਦਾ ਮੈਨੂੰ। ਚਿਪਸ ਤੇ ਕੁਰਕੁਰੇ ਤੁਸੀਂ ਤਾਂ ਗਿਆ, ਪਰ ਮੈਂ ਇੱਕ ਕਿਹਾ ਸੀ ਇੱਕ। ਉਹ ਛੋੜੋ, ਇਹ ਕਿਆ ਹੈ, ਚਾਹ ਮੰਗਵਾਈ ਹੈ ਅਤੇ ਮੈਗੀ ਮੰਗਵਾਈ ਹੈ। ਸ਼ੁਕਰਾਨਾ ਜੀ, ਬਹੁਤ ਬਹੁਤ ਥੈਂਕ ਯੂ ਜੀ। ਮਿੱਠਾ ਲੱਗਿਆ ਰਿਕਾਰਡ ਕਰਕੇ ਭੇਜ ਦੇਣਾ।